ਜਗਮੀਤ ਸਿੰਘ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਕਿ ਜਿਹੜਾ ਵੀ ਆ ਪਿਛਲੀ ਸਿਚੁਏਸ਼ਨ ਚੱਲੀ ਹੈ ਚਾਹੇ 인ਫਲੇਸ਼ਨ ਆਇਆ ਚਾਹੇ ਕ੍ਰਾਈਮ ਦੀ ਗੱਲ ਐਕਸਟਰਸ਼ਨ ਦੀ ਹੈ ਇਹਦੇ ਲਈ ਜ਼ਿੰਮੇਦਾਰ ਹੈ ਪ੍ਰਾਈਮ ਮਿਨਿਸਟਰ ਪ੍ਰੀਮੀਅਰ ਮੇਅਰ ਤੇ ਪੁਲਿਸ ਫੋਰਸ ਉਹ ਕਹਿੰਦੇ ਮੇਰਾ ਇਹਦੇ ਚ ਮੈਂ ਆਪੋਜੀਸ਼ਨ ਦਾ ਮੇਰਾ ਕੋਈ ਰੋਲ ਨਹੀਂ ਔਰ ਅਗਰ ਕੱਲ ਨੂੰ ਇਲੈਕਸ਼ਨ ਹੁੰਦੀ ਹੈ ਜਦ ਉਹਦੇ ਬਾਅਦ ਅਗਰ ਕਿਸੇ ਵੀ ਪਾਰਟੀ ਨੂੰ ਅਗਰ ਬਹੁਮਤ ਨਹੀਂ ਮਿਲਦਾ ਤੇ ਐਨਡੀਪੀ ਲਿਬਰਲ ਨੂੰ ਸਪੋਰਟ ਨਹੀਂ ਕਰੂਗੀ ਐਦਾਂ ਦੀ ਸਟੇਟਮੈਂਟ ਉਹਨਾਂ ਨੂੰ ਕੀ ਲੋੜ ਪਈ ਦੇਣ ਦੀ ਕਿ ਸਪੋਰਟ ਨਹੀਂ ਕਰਾਂਗੇ ਜਤਨ ਜੀ ਮੇਰੇ ਖਿਆਲ ਨਾਲ ਜਿਹੜਾ ਤੁਹਾਡੇ ਸਵਾਲ ਕਿ ਉਹ ਸਪੋਰਟ ਦੇਣ ਜਾਂ ਸਟੇਟਮੈਂਟ ਕਿਉਂ ਦਿੱਤੀ ਇਹ ਤਾਂ ਢਿੰਗਵੀ ਜੀ ਦੱਸ ਸਕਦਾ ਹੈ ਕਿ ਕਿਉਂ ਉਹਨਾਂ ਨੇ ਸਟੇਟਮੈਂਟ ਦਿੱਤੀ ਪਰ ਇੱਕ ਅਨਸ਼ੋਰ ਜੋ ਜਿਹੜਾ ਇਹ ਕੈਂਡੀਡੇਟ ਜੋ ਕੁਛ ਹੈ ਵੀ ਆਰ ਰਿਸਪਾਂਸਿਬਲ ਐਜ਼ ਅ ਸਿਟੀਜ਼ਨ ਆਰ ਆਰ ਰਿਸਪਾਂਸਿਬਲ ਯੂ ਆਰ ਰਿਸਪਾਂਸਿਬਲ ਸਾਡੇ ਜਿਹੜੇ ਕਾਉਂਸਲ ਨੇ ਸਾਡੇ ਪ੍ਰਵੀਨਸ਼ਲ ਐਮਪੀਪੀ ਨੇ ਐਮਪੀ ਨੇ ਵੀ ਆਰ ਰਿਸਪਾਂਸਿਬਲ ਆਈ ਥਿੰਕ ਵੀ ਟੇਕ ਦਾ ਰਿਸਪੋਨਸਿਬਿਲਟੀ ਜੇ ਕੋਈ ਠੀਕ ਨਹੀਂ ਹੋ ਰਿਹਾ ਤਾਂ ਆਸੀ ਵੀ ਉਹਦੇ ਸਾਰੇ ਜ਼ਿੰਮੇਵਾਰ ਹੈਗੇ ਆਂ ਬਾਕੀ ਜਿਹੜਾ ਨੈਸ਼ਨਲ ਲੀਡਰ ਹੈ ਕਿ ਜਮੀਤ ਸਿੰਘ ਦਾ ਇਹ ਕਹਿਣਾ ਕਿ ਹੀ ਇਸ ਨਾਟ పార్ਟ ਆਫ ਦਿਸ ਪ੍ਰੋਬਲਮ ਆਈ ਥਿੰਕ ਸੋ ਆਮ ਡਿਲਰ ਡਿਸਪਾਇੰਟਡ ਵਿਦ ਦ ਸਟੇਟਮੈਂਟ ਪਰ ਦੂਸਰੇ ਪਾਸੇ ਜਿੱਥੋਂ ਤੱਕ ਉਹ ਕਹਿੰਦਾ ਕਿ ਮੈਂ ਅਗਲੀ ਸਰਕਾਰ ਦੇ ਵਿੱਚ ਨਹੀਂ ਆਉਂਗਾ ਇਸ ਨਾਲ ਇਲੈਕਸ਼ਨ ਟਾਈਮ ਦੇਰ ਕਪਲ ਯਰ ਦੋ ਸਾਲ ਤਕਰੀਬਨ ਰਹਿੰਦੇ ਨੇ ਅਗਲੇ ਇਲੈਕਸ਼ਨ ਦੇ ਵਿੱਚ ਤੇ ਉਸ ਵੇਲੇ ਦੇਖੋ ਹਾਲਾਤ ਕਿਹੋ ਜਿਹੇ ਹੁੰਦੇ ਹੈਗੇ ਨੇ ਟਾਈਮ ਟੈਲ ਵਾਟ ਹੈਪਨਸ